ਸਾਡੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਮਲੋਆ। ਆਪਾਂ ਵੱਖ ਵੱਖ ਮੁੱਦਿਆਂ 'ਤੇ ਉਹਨਾਂ ਨਾਲ ਗੱਲਬਾਤ ਕਰਾਂਗੇ, ਸਿਆਸਤ ਦੇ ਅਧੀਨ ਜੋ ਕੁਝ ਚੱਲ ਰਿਹਾ। ਮਲੋਆ ਜੀ, ਖਾਲਸਾ ਟੀ ਵੀ ਚੈਨਲ ਨਿਊ ਚੰਡੀਗੜ੍ਹ ਦੇ ਸਟੂਡੀਓ ਵਿੱਚ ਆਪਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਜੀ। ਮਲੋਆ ਜੀ, ਪਹਿਲਾਂ ਤਾਂ ਤੁਹਾਨੂੰ ਹੁਣ ਨਵੇਂ ਤੌਰ 'ਤੇ ਜ਼ਿਲ੍ਹਾ ਮੋਹਾਲੀ ਵਿੱਚ ਕਿਸਾਨ ਵਿੰਗ ਦੇ ਪ੍ਰਧਾਨ ਲਗਾਇਆ ਗਿਆ, ਕੀ ਕੁਝ ਕਰਨ ਦੀ ਲੋੜ ਹੈ ਕਿਸਾਨਾਂ ਦੇ ਲਈ? ਸੰਘਰਸ਼ ਵੀ ਇੱਕ ਪਾਸੇ ਚੱਲ ਰਿਹਾ ਹੈ, ਕੇਂਦਰ ਦੀ ਸਰਕਾਰ ਵੱਲੋਂ ਜੋ ਧੱਕਾ ਕੀਤਾ ਜਾ ਰਿਹਾ, ਅਤੇ ਹੋਰ ਵੀ ਬਹੁਤ ਸਮੱਸਿਆਵਾਂ ਨੇ। ਹੁਣ ਕਣਕ ਦਾ ਵੀ ਅੱਗ ਦੇ ਨਾਲ ਨੁਕਸਾਨ ਉਹਨਾਂ ਦਾ ਹੋ ਰਿਹਾ, ਕਿਸਾਨਾਂ ਦੇ ਬਾਰੇ ਕੀ ਤੁਸੀਂ ਰਣਨੀਤੀ ਨਵੀਂ ਲਿਆ ਰਹੇ ਹੋ? ਦੇਖੋ ਜੀ, ਜਿਵੇਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਮ ਆਦਮੀ ਪਾਰਟੀ ਜਦੋਂ ਦਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਉਸ ਸਮੇਂ ਦੀ ਨਾਲ ਚੱਲ ਰਹੀ ਹੈ, ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਆ। ਅਤੇ ਇਹ ਪਾਰਟੀ ਦਾ ਵਟੱਪਣਾ ਹੈ ਕਿ ਮੇਰੇ ਵਰਗੇ ਨਾ ਚੀਜ਼ ਨੂੰ ਉਹਨਾਂ ਨੇ ਜ਼ਿਲ੍ਹੇ ਦੀ ਜ਼ਿੰਮੇਦਾਰੀ ਸਾਂਭੀ ਆ। ਅਤੇ ਮੈਂ ਚਾਹੁੰਦਾ ਹਾਂ ਕਿ ਮੇਰੀ ਖੁਸ਼ਕਿਸਮਤੀ ਆ ਕਿ ਜੇ ਉਹਨਾਂ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਕਿਸਾਨ ਵਿੰਗ ਦਾ, ਤਾਂ ਮੈਨੂੰ ਹੋਰ ਕਿਸਾਨ ਵੀਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲੂਗਾ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਰਵਿੰਦਰ ਜੀ ਕਿ ਅੱਜ ਦੇ ਸਿਸਟਮ ਦੀ, ਦੇਖੋ ਕਿਸਾਨ ਭਰਾਵਾਂ ਨੂੰ ਘੱਟੋ ਘੱਟ 5 ਮਹੀਨੇ ਹੋ ਗਏ ਧਰਨਾ ਲਾਇਆਂ ਨੂੰ, ਅਤੇ ਪਰ ਹਾਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਕਣਕਾਂ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ, ਉਹਦੇ ਲਈ ਦੇਖੋ ਰੱਬ ਹਰੇਕ ਪਾਸੇ ਉਹਨਾਂ ਨੂੰ ਪਿੱਠ 'ਤੇ ਉਹਨਾਂ ਦੀ 'ਤੇ ਹੱਥ ਰੱਖ ਰਿਹਾ, ਕਿਉਂਕਿ ਜੇ ਉੱਥੇ ਬੈਠੇ ਨੇ ਤਾਂ। ਕੱਲ੍ਹ ਮੈਂ ਸੋਸ਼ਲ ਮੀਡੀਆ 'ਤੇ ਪੜ੍ਹ ਰਿਹਾ ਸੀ, ਸਪੈਸ਼ਲੀ ਨੰਬਰ ਆ ਰਹੇ ਸੀ ਲੋਕਾਂ ਦੇ ਜਿਹੜੇ ਕਹਿੰਦੇ ਸੀ ਜਿਹੜੇ ਕਿਸਾਨ ਵੀਰ ਉੱਥੇ ਬੈਠੇ ਆ, ਅਸੀਂ ਫ੍ਰੀ ਆਫ ਕੋਸਟ ਉਹਨਾਂ ਦੀ ਜਿਹੜੀ ਕਣਕ ਦੀ ਵਾਢੀ ਕਰਾਂਗੇ ਅਤੇ ਕੱਢ ਕੇ ਘਰ ਤੱਕ ਪਹੁੰਚਾਵਾਂਗੇ। ਮਲੋਆ ਜੀ, ਜਿਵੇਂ ਹੁਣ ਪਾਰਟੀਆਂ ਦੇ ਵਿੱਚ ਜਿਵੇਂ ਅਕਾਲੀ ਦਲ ਹੈ, ਕਾਂਗਰਸ ਹੈ, ਵਾਅਦੇ ਪੂਰੇ ਨਾ ਹੋਣ ਕਾਰਨ ਲੋਕਾਂ ਨੇ ਇਸ ਨੂੰ ਨਕਾਰ ਕੇ ਕਾਂਗਰਸ ਨੂੰ ਲਿਆਂਦਾ। ਮੁੱਦੇ ਸੀਗੇ ਗੁਰੂ ਗ੍ਰੰਥ ਸਾਹਿਬ ਦੀ, ਦੋਸ਼ੀਆਂ ਨੂੰ ਸਜ਼ਾ ਦੇਣੀ, ਨਸ਼ਿਆਂ ਦਾ ਮੁੱਦਾ, ਹੋਰ ਬਹੁਤ ਸਾਰੇ ਮੁੱਦੇ ਸੀ ਜਿਨ੍ਹਾਂ ਨੂੰ ਛੂਹਿਆ ਤੱਕ ਨਹੀਂ ਗਿਆ। ਇਸ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਸਟੈਂਡ ਇੱਥੇ ਸਿਆਸਤ ਦੇ ਵਿੱਚ ਕੀ ਰਹੇਗਾ? ਦੇਖੋ ਜੀ, ਆਮ ਆਦਮੀ ਪਾਰਟੀ ਦਾ ਸਟੈਂਡ ਬੜਾ ਸਾਫ ਐਂਡ ਅਤੇ ਕਲੀਅਰ ਹੈ। ਜਿਵੇਂ ਦਿੱਲੀ 'ਚ ਤੁਸੀਂ ਕੰਮ ਕੀਤੇ ਹੋਏ ਦੇਖ ਹੀ ਸਕਦੇ ਹੋ। ਮੈਂ ਗੱਲ ਪੰਜਾਬ ਦੀ ਕਰਾਂ ਕਿ ਪਿੱਛੇ ਕੇਜਰੀਵਾਲ ਸਾਹਿਬ ਨੇ ਇੱਕ ਇੱਥੇ ਬੜੀ ਰੈਲੀ ਕੀਤੀ ਸੀ ਬਾਘੇ ਪੁਰਾਣੇ, ਉਹਨਾਂ ਨੇ ਮੈਨੀਫੈਸਟੋ ਕਾਂਗਰਸ ਦਾ ਚੱਕਿਆ ਸੀ ਅਤੇ ਉਹਨਾਂ ਨੇ ਇਹ ਗੱਲ ਕਹੀ ਸੀ ਇਹ ਵਾਅਦੇ ਕਾਂਗਰਸ ਦੇ ਆ ਪਰ ਪੂਰੇ ਆਮ ਆਦਮੀ ਪਾਰਟੀ ਕਰੂਗੀ। ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਆ, ਤੁਹਾਡੇ ਸਾਹਮਣੇ ਕੰਵਰ ਵਿਜੇ ਪ੍ਰਤਾਪ ਜੀ ਨੇ ਬੜੀ ਇਮਾਨਦਾਰੀ ਨਾਲ ਬੜੀ ਵਧੀਆ ਤਰੀਕੇ ਨਾਲ ਉਹਨੇ ਜਦੋਂ ਇਨਵੈਸਟੀਗੇਸ਼ਨ ਕਰਕੇ ਕੋਰਟ ਅੱਗੇ ਮਸਲਾ ਰੱਖਿਆ ਤਾਂ ਕੋਰਟ ਵਾਲਿਆਂ ਨੇ ਦੇਖੋ ਉਹਦੇ ਰਿਜੈਕਸ਼ਨ ਲਾ ਦਿੱਤੀ, ਉਹਨੂੰ ਨਕਾਰਤਾ ਉਹਦੀ ਰਿਪੋਰਟ ਨੂੰ, ਐਡੇ ਬੜੇ ਇਮਾਨਦਾਰ। ਇਹ ਸਿਰਫ ਪੰਜਾਬ 'ਤੇ ਹੀ ਨਹੀਂ ਬਲਕਿ ਪੂਰੇ ਭਾਰਤ 'ਤੇ ਹੀ ਕਲੰਕ ਹੈ ਕਿ ਐਡੇ ਬੜੇ ਇਮਾਨਦਾਰ ਬੰਦੇ ਨੂੰ ਜਿਹੜਾ ਕਿ ਉਹਨੂੰ ਉਹਦੀ ਰਿਪੋਰਟ ਨਕਾਰ ਦਿੱਤੀ ਜਾਵੇ ਔਰ ਦੂਜਾ ਉਹਨੂੰ ਕਹਿ ਦਿੱਤਾ ਜਾਵੇ ਇਸ ਨੂੰ ਇਸ ਰਿਪੋਰਟ ਤੋਂ ਅਗਲੀ ਇਨਵੈਸਟੀਗੇਸ਼ਨ ਤੋਂ ਬਾਹਰ ਰੱਖਿਆ ਜਾਵੇ। ਅਤੇ ਜਿੱਥੋਂ ਤੱਕ ਬਾਕੀ ਮਸਲੇ ਦੀ ਗੱਲ ਆ, ਆਮ ਆਦਮੀ ਪਾਰਟੀ ਨੇ ਹੁਣੇ ਹੀ ਗਰੰਟੀ ਕਾਰਡ ਪਿੱਛੇ ਦਿੱਤਾ ਹੈ ਕੇਜਰੀਵਾਲ ਸਾਹਿਬ ਵੱਲੋਂ ਰੈਲੀ ਦੇ ਵਿੱਚ, ਅਤੇ ਅਸੀਂ ਘਰ ਘਰ ਜਾ ਕੇ ਮੁਹਿੰਮ ਚਲਾ ਰਹੇ ਹਾਂ ਕਿ ਬਿਜਲੀ ਦਿੱਲੀ ਦੀ ਤਰਜ਼ 'ਤੇ ਫ੍ਰੀ ਦਿੱਤੀ ਜਾਊਗੀ। ਬਿਲਕੁਲ ਜੀ, ਜਿਵੇਂ ਹੁਣ ਦੋਨਾਂ 'ਤੇ ਹਟ ਕੇ ਤੀਜਾ ਬਦਲ ਆਉਂਦਾ, ਭਾਵੇਂ ਉਹ ਫਰੰਟ ਬਣ ਰਿਹਾ, ਜਿਵੇਂ ਢੀਂਡਸਾ ਜੀ ਵੀ ਗੱਲ ਕਰ ਰਹੇ ਨੇ, ਹੋਰਨਾਂ ਨੂੰ ਵੀ ਨਾਲ ਲਿਆਉਣ ਦੀ ਗੱਲ ਕਰ ਰਹੇ ਨੇ, ਅਗਰ ਹੋਣ ਦੇ ਵਿੱਚ ਆਉਂਦੀ ਹੈ ਤੁਹਾਡੀ ਪਾਰਟੀ ਸਰਕਾਰ ਬਣਾਉਣ ਦੇ ਵਿੱਚ, ਤਾਂ ਆਮ ਰਿਆਇਤਾਂ ਜਿਵੇਂ ਸਬਸਿਡੀਆਂ ਦੀ ਗੱਲ ਕੀਤੀ ਜਾਂਦੀ, ਬਾਕੀ ਪਾਰਟੀਆਂ ਦੇ ਵੱਲੋਂ ਅਲੱਗ ਅਲੱਗ ਪੱਤੇ ਖੇਡੇ ਜਾਂਦੇ ਨੇ, ਉਸ ਦੇ ਨਾਲ ਉਹ ਕਿਉਂ ਨਾ ਉਹਨਾਂ ਦੀਆਂ ਬਣਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਉਹਨਾਂ ਨੂੰ ਸਹੂਲਤਾਂ ਜੋ ਬੁਨਿਆਦੀ ਨੇ ਉਹ ਦਿੱਤੀਆਂ ਜਾਣ, ਇਹ ਪਾਰਟੀ ਦਾ ਨਵਾਂ ਕੋਈ ਏਜੰਡਾ ਹੋਣਾ ਚਾਹੀਦਾ ਹੈ। ਬਿਲਕੁਲ ਜੀ, ਬਹੁਤ ਵਧੀਆ ਏਜੰਡੇ ਆ ਸਾਡੀ ਪਾਰਟੀ ਦੇ ਪੰਜਾਬ ਪ੍ਰਤੀ। ਦੇਖੋ, ਪਹਿਲਾ ਏਜੰਡਾ ਤਾਂ ਮੈਂ ਤੁਹਾਨੂੰ ਦੱਸ ਦੇਵਾਂ, ਇਹ ਜਿਹੜੇ ਅਕਾਲੀ ਕਾਂਗਰਸੀ ਇਹ ਗੱਲਾਂ ਜੋਗੇ ਹੀ ਆ, ਕਿਉਂਕਿ ਪਹਿਲਾ ਏਜੰਡਾ ਸਾਡਾ ਇਹ ਆ ਵੀ ਜਿੰਨਾ ਇਹਨਾਂ ਨੇ ਰੇਤ ਮਾਫੀਆ ਇੱਥੇ ਪੰਜਾਬ 'ਚ ਫੈਲਾਇਆ ਹੋਇਆ, ਸ਼ਰਾਬ ਦੇ ਠੇਕੇ ਫੈਲਾਏ ਉਹਨੇ, ਉਹ ਸਾਰੇ ਗੌਰਮੈਂਟ ਅੰਡਰਟੇਕਿੰਗ ਕਰੂਗੀ ਆਪਦੇ। ਅਤੇ ਦੂਜੀ ਗੱਲ ਆ ਕਿ ਦਿੱਲੀ ਨੇ, ਕੇਜਰੀਵਾਲ ਸਾਹਿਬ ਨੇ ਦਿੱਲੀ 'ਚ ਉਹ ਸਕੀਮਾਂ ਦਿੱਤੀਆਂ ਜਿਹੜੀਆਂ ਜਿਨ੍ਹਾਂ ਨਾਲ ਗਰੀਬਾਂ ਦਾ ਭਲਾ ਹੋ ਸਕੇ, ਕੋਈ ਲਾਲਚ ਨਹੀਂ ਦਿੱਤਾ। ਅਤੇ ਜਿੱਥੋਂ ਤੱਕ ਹੁਣ ਜੇ ਉਹਨੇ ਡੋਰ ਟੂ ਡੋਰ ਜਿਹੜੀ ਇੱਕ ਮੁਹੱਲਾ ਕਲੀਨਿਕ ਦੀ ਗੱਲ ਕਰੀਏ, ਜਾਂ ਆਪਾਂ ਡੋਰ ਸਟੈਪ ਟੂ ਕਈ ਉਹਨਾਂ ਨੇ ਸਰਵਿਸਾਂ ਪ੍ਰੋਵਾਈਡ ਕਰਵਾਈਆਂ ਜਿਹੜੀ ਕਿ ਪੰਜਾਬ 'ਚ ਨਹੀਂ ਹੈ। ਜੇ ਕਰਪਸ਼ਨ ਖਤਮ ਕਰਨਾ ਤਾਂ ਇਹ ਡੋਰ ਟੂ ਡੋਰ ਮੁਹੱਈਆ ਕਰਾਉਣਾ ਸਰਵਿਸਾਂ, ਇਹ ਨਹੀਂ ਕਿ ਲਾਲਚ ਦੇ ਕੇ ਵੋਟਾਂ ਲੈਣ ਤੱਕ ਸੀਮਤ ਰਹਿਣਾ, ਅੱਗੇ ਪੁੱਛਣਾ ਹੀ ਨਾ। ਹੁਣ ਭਾਵੇਂ ਚੋਣਾਂ ਅਜੇ ਸਮਾਂ ਹੈ ਪਰ ਨੇੜੇ ਆ, ਹੁਣ ਤੋਂ ਹੀ ਪੱਤੇ ਖੇਡਣੇ ਸ਼ੁਰੂ ਹੋ ਗਏ ਨੇ। ਸੁਖਬੀਰ ਬਾਦਲ ਦਾ ਬਿਆਨ ਆਇਆ ਕਿ ਦਲਿਤਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ,
ਸਮੱਸਿਆਵਾਂ ਕਿਸੇ ਦੀ ਵੀ ਹੱਲ ਨਹੀਂ ਕੀਤੀਆਂ ਗਈਆਂ। ਆਪਣੀ ਕੁਰਸੀ ਨੂੰ ਪੂਰਾ ਕਰਨ ਲਈ ਇਹੋ ਜਿਹੇ ਬਿਆਨ ਸ਼ੁਰੂ ਹੋ ਗਏ ਨੇ, ਇਸ ਦੇ ਬਾਰੇ ਤੁਹਾਡਾ ਕੀ ਕਹਿਣਾ, ਤੁਹਾਡੀ ਪਾਰਟੀ ਦੀ ਕੀ ਵਿਚਾਰ ਇਸ ਬਾਰੇ? ਦੇਖੋ ਜੀ, ਜੇ ਦਲਿੱਤਾਂ ਨੂੰ ਅੱਗੇ ਲਿਆਉਣ ਦੀ ਇਹ ਕੋਸ਼ਿਸ਼ ਕਰਦੇ ਨਾ, ਤਾਂ ਮੇਰੇ ਹਿਸਾਬ ਨਾਲ ਨਾ ਦਲਿੱਤ ਭਾਈਚਾਰਾ ਹੈ ਜਿਹੜਾ, ਉਹਨੂੰ ਨਾ ਕਿਤੇ ਫਰੀ ਦਾ ਲਾਲਚ ਜਾਂ ਇੱਦਾਂ ਦੀਆਂ ਗੱਲਾਂ ਨਾ ਕਰਦੇ, ਕਿਉਂਕਿ ਦਲਿਤ ਭਾਈਚਾਰੇ ਨੂੰ ਹਾਲੇ ਵੀ ਆਪਣੇ ਆਪ ਤੋਂ ਹੇਠਾਂ ਸਮਝਦੇ ਆ। ਅਤੇ ਜੇ ਹੁਣ ਦਲਿਤ ਭਾਈਚਾਰੇ ਦੀ ਗੱਲ ਆ, ਦੇਖੋ ਕੇਜਰੀਵਾਲ ਨੇ ਜਿਹੜੀ ਸਬਸਿਡੀ ਜਿਹੜੀਆਂ ਫਰੀ ਐਡ ਉਹ ਸਭ ਲਈ ਕਰੀਆਂ, ਉਹ ਇਹ ਸਪੈਸ਼ਲ ਪੱਤਾ ਨਹੀਂ ਖੇਡਿਆ ਕਿ ਦਲਿਤ ਭਾਈਚਾਰੇ ਨੂੰ ਹੀ ਦਿੱਤੀ ਜਾਊਗੀ। ਇਹ ਅਸੀਂ ਸਕੀਮਾਂ ਖੇਡਦੇ ਹਾਂ, ਬਾਅਦ 'ਚ ਇਹ ਦਲਿਤ ਭਾਈਚਾਰੇ ਨੂੰ ਪੈਰਾਂ 'ਚ ਰੁਲਦਾ ਛੱਡ ਕੇ ਪੁੱਛਦਾ ਕੋਈ ਨਹੀਂ ਹੈਗਾ ਇਹ। ਮਲੋਆ ਜੀ, ਜਿਵੇਂ ਤੁਸੀਂ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਸਿਆਸੀ ਤਸਵੀਰ ਦੱਸੀ ਹੈ, ਸਾਫ਼ ਕੀਤੀ ਹੈ ਆਪਣੇ ਵੱਲੋਂ ਵੀ ਕੀ ਏਜੰਡਾ ਆਈ, ਜੇਕਰ ਆਪਾਂ ਫਿਰ ਇਸੇ 'ਤੇ ਰੱਖੀਏ ਕਿ ਜੋ ਮੁੱਦਾ ਚੱਲ ਰਿਹਾ ਕਿਸਾਨੀ ਦਾ, ਕਿਉਂਕਿ ਤੁਸੀਂ ਕਿਸਾਨ ਵਿੰਗ ਦੇ ਪ੍ਰਧਾਨ ਹੋ ਜ਼ਿਲ੍ਹੇ ਦੇ, ਹੁਣ ਬਿੱਲ ਜੋ ਹੈ ਰੱਦ ਕਰਨ 'ਤੇ ਅੜੇ ਹੋਏ ਨੇ ਕਿਸਾਨ ਕਿ ਇਸ ਤੋਂ ਬਿਨਾਂ ਸਾਡਾ ਕੁਝ ਨਹੀਂ ਬਚਦਾ, ਕਿਉਂਕਿ ਮਾਰੂ ਬਿੱਲ ਨੇ, ਕਾਲੇ ਕਾਨੂੰਨ ਨੇ ਇਹ, ਸਰਕਾਰ ਨਾ ਰੱਦ ਕਰਨ ਦੀ ਜਿੱਦ 'ਤੇ ਅੜੀ ਹੋਈ ਹੈ। ਅਗਰ ਸਰਕਾਰ ਕੋਈ ਧੱਕਾ ਕਰਦੀ ਹੈ, ਤੁਹਾਨੂੰ ਇਸ ਦਾ ਭਾਵੇਂ ਸਿਆਸਤ ਦੇ ਤੌਰ 'ਤੇ ਕਿਸਾਨ ਅਲੱਗ ਸੰਘਰਸ਼ ਲੜ ਰਹੇ ਨੇ, ਪਿੰਡਾਂ ਦੇ ਵਿੱਚ ਪਿੱਛੇ ਰਹਿ ਕੇ ਕੁਛ ਹਾਮੀ ਜ਼ਰੂਰ ਬਣਨਾ ਚਾਹੀਦਾ, ਇਸ ਦੇ ਵਿੱਚ ਤੁਸੀਂ ਕਿੱਥੇ ਕੁ ਜਾ ਕੇ ਸਟੈਂਡ ਕਰ ਰਹੇ ਹੋ ਕਿਸਾਨਾਂ ਨੂੰ ਨਾਲ? ਦੇਖੋ ਜੀ, ਅੱਜ ਦੀ ਜਿਹੜੀ ਗੱਲ ਹੈ ਕਿ ਇੱਥੇ ਸਾਡੇ ਹਲਕੇ 'ਚ ਦੋ ਜਗ੍ਹਾ ਕਣਕ ਨੂੰ ਅੱਗ ਲੱਗ ਗਈ ਸੀ ਔਰ ਸੜ ਕੇ ਸੁਆਹ ਹੋ ਗਿਆ ਕਿਸਾਨ ਵੀਰਾਂ ਦੀਆਂ ਕਣਕਾਂ। ਅਸੀਂ ਉੱਥੇ ਵੀ ਗਿਆ, ਮੈਂ ਖੁਦ ਲੈ ਕੇ ਗਿਆ ਆਪਣੀ ਟੀਮ ਨੂੰ ਉੱਥੇ ਗਿਆ, ਅਤੇ ਮੁੱਦਾ ਵੀ ਚੁੱਕਿਆ, ਮੈਂ SDM ਤੱਕ ਵੀ ਅਪਰੋਚ ਕਰੂੰਗਾ, ਕਿਉਂਕਿ ਐਜ਼ ਏ ਜ਼ਿਲ੍ਹਾ ਪ੍ਰੈਜ਼ੀਡੈਂਟ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਜਿੰਨੇ ਵੀ ਕਿਸਾਨਾਂ ਦੇ ਮੁੱਦੇ ਹੋ ਗਏ ਮੈਂ ਮੋਢੇ ਨਾਲ ਮੋਢਾ ਜੋੜ ਕੇ ਚੱਲੂੰਗਾ। ਇਹ ਹੈ ਕਿ ਜਿਵੇਂ ਮੇਰਾ ਭਾਵ ਇਹ ਹੈ ਕਾਲੇ ਕਾਨੂੰਨਾਂ ਤੋਂ ਖਿਲਾਫ਼ ਚੱਲ ਰਿਹਾ ਸੰਘਰਸ਼ ਹੈ, ਸਰਕਾਰ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤੁਸੀਂ ਕਿਸਾਨ ਵਿੰਗ ਦੇ ਪ੍ਰਧਾਨ ਹੋਣ ਦੇ ਨਾਤੇ ਜੋ ਤੁਹਾਡੇ ਅਲੱਗ ਅਲੱਗ ਵਿੰਗ ਵੀ ਨੇ, ਉਹਨਾਂ ਦਾ ਕੀ ਫਰਜ਼ ਹੋਵੇਗਾ, ਕਿਵੇਂ ਉਹ ਜਾ ਕੇ ਨਾਲ ਖੜ ਕੇ ਸਹਾਇਤਾ ਕਰਨਗੇ, ਕਿਉਂਕਿ ਇੱਕ ਮੁੱਠ ਹੋ ਕੇ ਡਟਣ ਦੀ ਲੋੜ ਹੈ ਜੋ ਤੁਹਾਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ। ਬਿਲਕੁਲ ਰਵਿੰਦਰ ਜੀ, ਤੁਸੀਂ ਬਿਲਕੁਲ, ਮੈਂ ਐਗਰੀ ਕਰਦਾ ਤੁਹਾਡੀ ਗੱਲ ਦੇ ਨਾਲ, ਕਿਉਂਕਿ ਅਸੀਂ ਪਿੱਛੇ ਵੀ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ 'ਤੇ ਜਾਂ ਨਿਊਜ਼ ਦੇ ਵਿੱਚ ਕਿ ਮੈਂ ਖੁਦ ਆਪਣੀਆਂ ਟੀਮਾਂ ਲੈ ਕੇ ਉੱਥੇ ਜਾਂਦਾ ਰਿਹਾ ਕਿ ਉਹ ਸਮਾਨ ਲੈ ਕੇ ਜਾਣ ਦੀ ਗੱਲ ਸੀ, ਚਾਹੇ 26 ਜਨਵਰੀ ਦੀ ਗੱਲ ਸੀ ਜਾਂ ਉਹ ਤੋਂ ਪਹਿਲਾਂ ਦੀਆਂ ਗੱਲਾਂ ਸੀ, ਮੈਂ ਖੁਦ ਟੀਮਾਂ ਲੈ ਕੇ ਜਾਂਦਾ ਰਿਹਾ, ਉਹਨੂੰ ਫਿਊਚਰ ਵੀ ਉਹਨਾਂ ਦੀ ਸਪੋਰਟ 'ਚ ਜਾਂਦਾ ਰਹੂੰਗਾ ਮੈਂ, ਅਤੇ ਸਾਡੀ ਪਾਰਟੀ ਨਾਲ ਖੜੀ ਹੈ ਉਹਨਾਂ ਦੇ। ਆਪਾਂ ਅੱਜ ਗੱਲਬਾਤ ਕੀਤੀ ਹੈ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਮੋਹਾਲੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਜੀ ਮਲੋਆ ਨਾਲ, ਜੋ ਕਿਸਾਨੀ ਮੁੱਦੇ ਨੇ ਇਸ ਸੰਬੰਧੀ ਕੁਝ ਵਿਚਾਰਾਂ ਤੁਹਾਡੇ ਸਾਹਮਣੇ ਅੰਸ਼ ਪੇਸ਼ ਕੀਤੇ ਨੇ, ਅਗਲੀ ਵਾਰੀ ਹੋਰ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਰੂਬਰੂ ਕਰਾਂਗੇ। ਧੰਨਵਾਦ ਜੀ। ਖਾਲਸਾ TV ਚੈਨਲ, ਨਿਊ ਚੰਡੀਗੜ੍ਹ।